ਮਾਨਦਾ। ਔਰ ਇੱਕ ਐਸਾ ਹੀ ਹੌਸਲਾ ਸਾਨੂੰ ਕਲਮ ਦੇ ਵਿੱਚ ਵੀ ਨਜ਼ਰ ਆਉਂਦਾ, ਔਰ ਇੱਕ ਐਸਾ ਹੀ ਹੌਸਲਾ ਸਾਨੂੰ ਸੁਣਾਈ ਦਿੰਦਾ ਹੈ ਬਿਹਤਰੀਨ ਗਾਣਿਆਂ ਦੇ ਨਾਲ। ਅੱਜ ਉਹੀ ਆਵਾਜ਼, ਉਹੀ ਕਲਮ ਆਪਣੇ ਨਾਲ ਹੈ। ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ, ਹਰ ਸੁਬਾਹ ਕਿਉਂ ਨਹੀਂ ਤੂੰ ਮੈਨੂੰ ਮਿਲਦੀ, ਕੁਝ ਖਾਬ ਸਜਾਏ ਮੈਂ ਤੇਰੇ ਨਾਂ ਲਿਖਵਾਏ ਮੈਂ, ਤੇਰੀ ਖੁਸ਼ੀਆਂ ਮੇਰੀ ਦੁਨੀਆ ਸੱਜਣਾ ਕੀ ਕਵਾਂ, ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ। ਆਏ ਹਾਏ ਹਾਏ ਮਨਿੰਦਰ ਵੀਰੇ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅਤੇ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ, ਕਿਉਂਕਿ ਤੁਸੀਂ ਦੋ ਕਲਾਵਾਂ ਦੇ ਮਾਲਿਕ ਹੋ, ਲਿਖਣ ਦੀ ਕਲਾ ਔਰ ਗਾਉਣ ਦੀ ਕਲਾ। ਥੈਂਕ ਯੂ ਜੀ, ਥੈਂਕ ਯੂ। ਨਹੀਂ ਤਾਂ ਆਪਣੇ, ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਗਾਇਕੀ ਦੀ ਕਲਾ ਤਾਂ ਆਪਾਂ ਹਰ ਘਰ ਦੇ ਵਿੱਚ ਦੇਖ ਸਕਦੇ ਹਾਂ, ਪਰ ਕਲਮ ਦੀ ਕਲਾ ਹਰੇਕ ਘਰ 'ਚ ਨਹੀਂ ਹੈਗੀ। ਉਹ ਤੁਹਾਡੇ ਉੱਤੇ, ਉਹ ਕੁਛ ਹੀ ਸ਼ਖਸ ਹੁੰਦੇ ਜਿਨ੍ਹਾਂ ਉੱਤੇ ਐਸੀ ਦਾਤ ਹੁੰਦੀ ਹੈ। ਬਾਕੀ ਮੰਨਦੇ ਹੋ ਕਿ ਵੀ ਇਹ ਰੱਬ ਦੀਆਂ ਮਿਹਰਾਂ ਨੇ ਸਾਰੀਆਂ ਇਹ ਸਾਰੀ? ਬਿਲਕੁਲ ਜੀ ਬਿਲਕੁਲ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਤੁਸੀਂ ਗਾਉਣਾ ਸਿੱਖ ਸਕਦੇ ਹੋ, ਤੁਹਾਨੂੰ ਕੋਈ ਗਾਉਣਾ ਹੈ ਨਾ ਸਿਖਾ ਸਕਦਾ ਆ, ਅਤੇ ਤੁਸੀਂ ਐਕਟਿੰਗ ਸਿੱਖ ਸਕਦੇ ਹੋ, ਜਾਂ ਕੋਈ ਵੀ ਗੁਣ ਹੈਗਾ, ਤੁਸੀਂ ਕੋਈ ਕਿਸੇ ਨੂੰ ਕੰਮ ਦਾ ਗੁਣ ਜਾਂ ਕੋਈ ਵੀ ਕਿਸੇ ਨੂੰ ਇੱਦਾਂ ਦਾ ਗੁਣ ਕੋਈ ਦੇ ਸਕਦਾ, ਪਰ ਜਿਹੜਾ ਲਿਖਣਾ ਆ ਨਾ, ਇਹ ਜਿਵੇਂ ਕਹਿ ਲਓ ਵੀ ਰੱਬ ਵੱਲੋਂ ਹੀ ਬੀਜ ਇਹ ਬੰਦੇ ਦੇ ਅੰਦਰ ਪਾਇਆ ਜਾਂਦਾ ਆ, ਅਤੇ ਇਹ ਕੁਦਰਤੀ ਤੌਰ 'ਤੇ ਜੋ ਤੁਹਾਨੂੰ ਖਿਆਲ ਤੁਹਾਡੇ ਮਨ ਦੇ ਵਿੱਚ ਆਉਂਦਾ, ਉਹੀ ਗੀਤ ਦਾ ਰੂਪ ਬਣਦਾ। ਉਹ ਤਾਂ ਹੀ ਗੀਤ ਬਣ ਸਕਦਾ ਜੇ ਇਹ ਅੰਦਰ ਆਉਂਦਾ। ਯੈਸ, ਤੁਸੀਂ ਬਾਹਰੋਂ ਕਿੰਨਾ ਕੁ ਆਬਜ਼ਰਵ ਕਰ ਲੋਗੇ, ਹਾਂ ਬਹੁਤ ਘੱਟ। ਗੱਲ ਸਹੀ ਹੈ। ਸੋ ਜੋ ਅੰਦਰ ਹੈ ਉਹੀ ਤੁਹਾਡੇ ਬਾਹਰ ਹੈ। ਅਤੇ ਤੁਸੀਂ ਗਾਣਾ ਲਿਖਣਾ, ਉਹ ਤੋਂ ਬਾਅਦ ਤੁਸੀਂ ਇਹ ਚੂਜ਼ ਕਰਨਾ ਕਿ ਯਾਰ ਇਹ ਗਾਣਾ ਮੇਰੇ ਲਈ ਬਣਿਆ, ਗਾਣਾ ਕਿਸੇ ਲਈ ਬਣਿਆ, ਇਹਦੀ ਜੱਦੋ ਜਹਿਦ 'ਚ ਕਿੰਨਾ ਕੁ ਗੁਜ਼ਰਦਾ ਹੈ ਮਨਿੰਦਰ? ਹਾਂ ਹਾਂ ਹਾਂ, ਇਹ ਕੀ ਪੁੱਛ ਲਿਆ ਭਾਜੀ ਤੁਸੀਂ? ਬਿਲਕੁਲ ਬਿਲਕੁਲ। ਅਤੇ ਇਹ ਪਤਾ ਕੀ ਗੱਲ ਹੈ, ਜਦੋਂ ਅਸੀਂ ਕਈ ਵਾਰੀ ਗਾਣਾ ਬਣਾਉਂਦੇ ਹਾਂ, ਜਾਂ ਕਈ ਵਾਰੀ ਨਾ ਗਾਣਾ ਜਦੋਂ ਮੇਰੇ ਪੇਜ 'ਤੇ ਹੀ ਹੁੰਦਾ ਹਲੇ, ਜਿਹਦੇ ਜਿਹੜੀ ਡਾਇਰੀ 'ਤੇ ਮੈਂ ਲਿਖਦਾ, ਜਿੰਨੇ ਦੇਰ ਗਾਣਾ ਉਹ ਸਿਰਫ ਹਲੇ ਸਾਡੇ ਖਿਆਲ ਦੇ ਵਿੱਚ ਹੁੰਦਾ ਆ, ਉਹ ਗਾਣਾ ਇੱਕ ਅਲੱਗ ਅੰਦਾਜ਼ ਦੇ ਵਿੱਚ ਹੁੰਦਾ, ਇੱਕ ਉਹਦੇ ਲਈ ਅਲੱਗ ਨਜ਼ਰੀਆ ਹੁੰਦਾ, ਅਤੇ ਜਦੋਂ ਮਤਲਬ ਉਹਨੂੰ ਮਿਊਜ਼ਿਕ ਬਣ ਜਾਂਦਾ, ਜੋ ਮਿਊਜ਼ਿਕ ਦੇ ਨਾਲ ਗਾਇਆ ਜਾਂਦਾ ਵਾ, ਅਤੇ ਉਹ ਕੁਛ ਹੋਰ ਚੀਜ਼ ਬਣ ਜਾਂਦੀ ਹੈ, ਨਿਖਰਦਾ, ਕਹਿੰਦੇ ਉਹਦਾ ਰੂਪ ਥੋੜ੍ਹਾ ਹੋਰ ਨਿਖਰ ਪੈਂਦਾ। ਅਤੇ ਕਈ ਵਾਰੀ ਸੱਚੀ ਹੋਇਆ ਇੱਦਾਂ ਕਿ ਆਪਣੇ ਆਪ ਨੂੰ ਲੱਗਦਾ ਹੁੰਦਾ ਵੀ ਇਹ ਚੀਜ਼ ਵੀ ਚੱਲ ਠੀਕ ਆ, ਵੀ ਉੱਦਾਂ ਵਧੀਆ ਵਾ, ਠੀਕ ਆ, ਵੀ ਮੈਂ ਨਹੀਂ ਕਰਦਾ, ਪਰ ਜਦੋਂ ਕਿਸੇ ਹੋਰ ਨੇ ਉਹ ਗਾਣਾ ਕਰ ਲਿਆ ਮਿਊਜ਼ਿਕ ਦੇ ਨਾਲ ਕਰ ਲਿਆ, ਫਿਰ ਇੱਦਾਂ ਲੱਗਦਾ ਯਾਰ ਕਾਸ਼ ਮੈਂ ਕਰ ਲੈਂਦਾ, ਹਨਾ। ਸਹੀ ਗੱਲ ਹੈ, ਕਈ ਵਾਰੀ ਇੱਦਾਂ ਹੋ ਜਾਂਦਾ। ਜਿਵੇਂ ਜਿਵੇਂ ਮੈਂ ਹੁਣ ਤਾਜ਼ੀ ਐਗਜ਼ਾਮਪਲ ਦੇਵਾਂ, ਤਾਰਿਆਂ ਦੇ ਦੇਸ਼ ਸੁਣਿਆ ਸੀ, ਨਜ਼ਾਰੇਦਾਰ ਗਾਣਾ, ਅਤੇ ਬਾਅਦ 'ਚ ਮਨਿੰਦਰ ਨੂੰ ਵੀ ਲੱਗਿਆ ਯਾਰ, ਅਤੇ ਤੁਸੀਂ ਆਪਣੇ ਲਾਈਵ ਸ਼ੋਅ ਦੇ ਵਿੱਚ ਅਕਸਰ ਗਾਉਂਦੇ ਹੋਵੋਗੇ ਉਹ ਚੀਜ਼ਾਂ ਨੂੰ ਜਿਹੜੀਆਂ ਤੁਹਾਡੀਆਂ ਲਿਖੀਆਂ, ਚਾਹੇ ਹੈ ਨਾ ਤੁਹਾਡੇ ਫਰੈਂਡਸ ਦੀਆਂ ਗਾਈਆਂ ਹੋਈਆਂ ਕਿਸੇ ਦੀਆਂ ਵੀ, ਪਰ ਗਾਉਂਦੇ ਤੁਸੀਂ ਤਾਂ ਆਪਣੇ ਲਾਈਵ ਸ਼ੋਅ ਦੇ ਵਿੱਚੋਂ? ਜੀ 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 ਜੀ, ਮੈਂ ਬਿਲਕੁਲ ਇਹ ਗਾਣਾ ਜਦੋਂ ਗਾਉਣਾ ਹਾਂ ਤਾਂ ਬਹੁਤ ਜ਼ਿਆਦਾ ਪਿਆਰ ਮਿਲਦਾ। ਦਰਅਸਲ ਇਹ ਗਾਣਾ ਮੈਂ ਲਿਖਿਆ ਹੀ ਵੈਸੇ ਪ੍ਰਭ ਦੇ ਲਈ ਸੀ। ਅੱਛਾ, ਹਾਂਜੀ, ਸਾਡੀ ਮਤਲਬ ਸਟਾਰਟਿੰਗ ਤੋਂ ਹੀ ਇੰਨੀ ਕੁ ਅੰਡਰਸਟੈਂਡਿੰਗ ਹੈਗੀ ਆ। ਅੱਛਾ, ਜਿਹੜੀ ਚੀਜ਼ ਮਤਲਬ ਵੀ ਮੈਂ ਉਹਦੇ ਲਈ ਸਪੈਸ਼ਲ ਬਣਾਉਂਦਾ ਹਾਂ ਤਾਂ ਉਹ ਸਿਰਫ ਪ੍ਰਭ ਦੇ ਲਈ ਹੁੰਦੀ ਆ, ਅਤੇ ਮੈਨੂੰ ਉਹ ਪਤਾ ਵਾ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਉਹਦੇ ਲਈ ਲਿਖਤੀਆਂ ਬੰਦੇ ਲਈ, ਹੈ ਨਾ, ਮੇਰੇ ਭਰਾ ਦੇ ਲਈ, ਵੀ ਜਿੰਨੇ ਵਧੀਆ ਤਰੀਕੇ ਨਾਲ ਉਹ ਨਿਭਾ ਸਕਦਾ ਵਾ ਮੇਰੀ ਫੀਲਿੰਗ ਦੇ ਨਾਲ, ਉਹ ਓਨੀ ਫੀਲਿੰਗ ਜੋੜ ਕੇ ਉਸ ਗਾਣੇ ਨੂੰ ਉਸ ਲੈਵਲ 'ਤੇ ਲੈ ਜਾਂਦਾ ਬੰਦਾ, ਹੈ ਨਾ, ਅਤੇ ਕੋਈ ਹੋਰ ਮਤਲਬ ਉਹ ਚੀਜ਼ ਨਹੀਂ ਕਰ ਸਕਦਾ। ਮਤਲਬ ਇੱਕ ਕਹਿੰਦੇ ਹੁੰਦੇ ਇੱਕ ਗਾਣੇ ਨੂੰ ਇੱਕ ਲਿਰਿਕਸ ਰਾਈਟਰ ਨੂੰ ਇਨਸਾਫ ਮਿਲਦਾ, ਹੈ ਨਾ, ਵੀ ਹਾਂ ਵੀ ਰੂਹ ਅੰਦਰੋਂ ਹੁੰਦੀ ਆ ਵੀ 100%, ਹਾਂਜੀ ਆਹ ਸੈਟਿਸਫਾਈ ਆ ਮੈਂ, ਵੀ ਆਹ ਬੰਦੇ ਨੇ ਮੇਰਾ ਗਾਣਾ ਗਾਇਆ ਅਤੇ ਤਾਂ ਉਹ ਗੀਤ ਚੀਜ਼ ਵਧੀਆ ਬਣਿਆ। ਔਰ ਵੈਸੇ ਮਤਲਬ ਤੁਸੀਂ ਤਾਂ ਪ੍ਰਭ ਬਾਈ ਨਾਲ ਤਾਂ ਰਗ ਰਗ ਤੋਂ ਵਾਕਿਫ ਹੋ, ਪੁਰਾਣੀ ਹੈ ਨਾ, ਜੱਦੀ ਸ਼ਿਕਾਰੀ ਹੋ ਤੁਸੀਂ, ਹੈ ਨਾ, ਪੁਰਾਣੇ ਪਾਪੀ। ਅਤੇ ਅੱਛਾ, ਇੱਥੇ ਜਿਵੇਂ ਹੁਣ ਆਪਾਂ ਇਹ ਗੱਲਾਂ ਇਹਨਾਂ ਦੇ ਕਰਨੀ, ਇਹਨਾਂ ਬਾਰੇ ਆਪਾਂ ਗੱਲਾਂ ਕਰਨੀਆਂ, ਹੁਣ ਤੁਹਾਡੇ ਗਾਣਿਆਂ ਦਾ ਸਫ਼ਰ ਜਿਹੜਾ ਤੁਹਾਡੀ ਗਾਇਕੀ 'ਚ ਪਹੁੰਚਿਆ ਘਰ ਬਾਰ ਦੇ ਤੱਕ, ਹਾਂਜੀ ਹਾਂਜੀ, ਹੈ ਨਾ, ਅਤੇ ਇਹ ਗਾਣੇ ਬਾਰੇ ਵੀ ਆਪਾਂ ਗੱਲਾਂ ਕਰਨੀ ਹੈ ਘਰ ਬਾਰ ਬਾਰੇ, ਪਰ ਮੈਂ ਚਾਹ ਰਿਹਾ ਸੀ ਇਹਦੇ ਬੋਲ ਪਹਿਲੇ ਗਾਣੇ ਦੇ। ਗਾਣਾ ਕਹਿੰਦਾ ਕੀ ਹੈ? ਗਾਣਾ ਦਰਅਸਲ ਆਪਣਾ ਹਸਬੈਂਡ ਵਾਈਫ ਦੀ ਸਟੋਰੀ ਹੈ ਜੀ। ਓਕੇ, ਅਤੇ ਮਤਲਬ ਟੁਣਕਾ ਟਣਕੀ ਚੱਲ ਰਹੀ ਹੈ ਦੋਨਾਂ ਦੇ ਵਿੱਚ, ਆਹਾ, ਮਦਿਰਾ ਨੂੰ ਲੈ ਕੇ। ਅੱਛਾ, ਹਾਂਜੀ, ਹਾਏ ਹਾਏ, ਮਦਿਰਾ ਸ਼ਬਦ ਵੀ ਬੜਾ ਪਿਓਰ ਹਿੰਦੀ ਸੰਸਕਾਰੀ ਹੈ ਸ਼ਬਦ ਯੂਜ਼ ਕੀਤਾ। ਸੋ ਕਿਉਂਕਿ ਪਰਿਵਾਰਕ ਗੀਤ ਹੈ, ਹਰ ਪਰਿਵਾਰ ਦੀ ਕਹਾਣੀ ਹੈ, ਤਕਰੀਬਨ ਹਰ ਪਰਿਵਾਰ ਦੀ ਕਹਾਣੀ ਹੈ। ਸੋ ਜਿਹੜੀ ਵੋਟੀ ਆ ਉਹ ਆਪਣੇ ਹਸਬੈਂਡ ਨੂੰ ਰੋਕਦੀ ਆ, ਤੇ ਹਸਬੈਂਡ ਕਹਿੰਦਾ ਬਈ ਨਹੀਂ ਮੈਂ ਨਹੀਂ ਟਲਣਾ। ਅੱਛਾ, ਤੇ ਸੋ ਉਹਦੇ ਨਾਲ ਹੀ ਆ ਕਿ ਅਲਮਾਰੀ ਦੇ ਵਿੱਚ ਰੱਖ ਕੇ ਬੋਤਲਾਂ, ਚਾਬੀ ਫਿਰ ਲੁਕਾਈ ਤੂੰ, ਗੱਲ ਓਨੀ ਨਹੀਂ ਹੁੰਦੀ ਜਿੰਨੀ ਜਾਵੇਂ ਆਪ ਵਧਾਈ ਤੂੰ,
तेरी हर एक चीज बनाती ना दिल तेरा ता भी परदा नी तू जिन्ना रोके दारू तो मेरा ओना पीण नू जी करदा जिन्ना रोके दारू तो मेरा ओना पीण नू जी करदा हाय हाय ओए वैसे थोड़ी दारू तो ना मैनू गल याद आई एक कहंदे कि जेडे बाली पींदे है ना फिर दारू उन्हां नू कहंदी है दारू उन्हां नू की कहंदी है एक गुरदास मान उन्हां दे लफ्ज है वड्डिया शराबी आवे मैं हाँ शराब तेरी वड्डिया शराबी आवे मैं हाँ शराब तेरी गिण गिण तेरे मैं हिसाब लूंगी अज तू मैनू पीना जो गीत विच पेश कीता आपां एंटरटेन थोड़ा हसबैंड वाइफ दा थोड़ा नोक जोक नूं हसमई आपां जे कह लिए ढंग नाल उस तरीके नाल थोड़ा पेश कीता एंटरटेन कर ए चीज ए चीज है अच्छा ते मनिंदर वीर जिवें तुसीं आम हर रोज अपने फ्रेंड सर्कल च विचरना अपनी फैमिली च विचरना रिश्तेदारा च विचरना की थोनू किसे दी स्टोरी इंप्रेस करती है या थोनू फ्रेंड सर्कल दे विच चलदे हुए शब्द इंप्रेस करते हैं यार आ शब्द बड़ा चलता पाया इस शब्द नू मैं अपने गाने च लेके आवां या थोनू किसी दी फीलिंग्स होंदी है फीलिंग थोड़ियां लाइना बन दी है शब्द लाइना बन जाते यार आ बंदे ने वो लाइन बड़ी उन्हें यूज की वो गल बंदे ने शब्द यूज किया वो शब्द तुम सेव कर लेने की प्रोसैस होंगे दरअसल ये मतलब सारिया चीज़ा ना ये रिलेट कर दें अच्छा तुसी नॉर्मल लाइफ अपनी जीने हो ठीक है सवेरे उठते हो तुहाडे नाल मतलब सवेर तो जिहड़े इंसीडेंट जुड़ जाते हैं जां कई लोग गल करते जां किद्दां वी मिलते जां तुहाडे मन दे विच कोई ख्याल आ जाता जां तुसी कुछ टीवी दे उत्ते चलदा कुछ इदां दा देख लैंदे उहदे विचों तुहानूं कोई एक चीज़ क्लिक कर जाती है हाँ भी आह चीज़ भी हाँ भी ये मेरे लिए जां मैं इहदे नाल कुछ खेड सकदा इहदा कुछ बना सकदा सो ਇਹ ਸਾਰੀਆਂ ਚੀਜ਼ਾਂ ਮਤਲਬ ਕਿ ਮੈਟਰ ਕਰਦੀਆਂ ਨੇ ਸੋ ਉਹ ਕਿਸੇ ਦੀ ਭਾਵੇਂ ਕਹਾਣੀ ਹੋਵੇ ਕਿਸੇ ਯਾਰ ਦੋਸਤ ਦੀ ਜਾਂ ਜਿਵੇਂ ਆਪਸ ਦੇ ਵਿੱਚ ਇਕੱਲੇ ਦੋ ਜਣੇ ਬੈਠੇ ਗੱਲਾਂ ਹੀ ਕਰਦੇ ਨੇ ਜਾਂ ਅਸੀਂ ਕਿਤੇ ਬਾਹਰ ਬੈਠੇ ਹਾਂ ਜਾਂ ਕੋਈ ਮੁੰਡਾ ਕੁੜੀ ਆਪ ਉੱਦਾਂ ਤੁਰੇ ਜਾ ਰਹੇ ਨੇ ਜਾਂ ਕੋਈ ਹਸਬੈਂਡ ਵਾਈਫ ਜਾਂ ਕੋਈ ਵੀ ਚੱਲਿਆ ਜਾ ਰਿਹਾ ਹਰੇਕ ਦੀ ਲਾਈਫ ਦੇ ਵਿੱਚੋਂ ਕੁਛ ਨਾ ਕੁਛ ਤਾਂ ਨਿਕਲਦਾ ਹੀ ਹੈ ਅਤੇ ਕੀ ਕਦੀ ਇੱਦਾਂ ਵੀ ਹੁੰਦਾ ਮੈਨੂੰ ਜਿਹੜੇ ਤੁਸੀਂ ਕੋਈ ਫਿਲਮ ਦੇਖ ਰਹੇ ਹੋ ਫਿਲਮ ਦੇ ਅਹਿਸਾ ਫਿਲਮ ਤਾਂ ਆਪਣੀ ਸਟੋਰੀ ਬਣੀ ਹੋਈ ਹੈ ਇੱਕ ਪੂਰੀ ਪਰ ਤੁਸੀਂ ਉਹਦੇ ਵਿੱਚੋਂ ਤੁਹਾਨੂੰ ਕੋਈ ਲੱਗਿਆ ਕਿ ਯਾਰ ਕਈ ਇਹ ਤੁੱਕ ਕਦੀ ਇੱਦਾਂ ਬਣ ਜੇ ਇਹਨੂੰ ਤੁਸੀਂ ਗਾਣੇ ਦੇ ਵਿੱਚ ਪਰੋਇਆ ਹੋਵੇ ਤੁਹਾਨੂੰ ਲੱਗੇ ਕਿ ਉਹ ਅਹਿਸਾਸਾਂ ਨੂੰ ਮੈਂ ਗਾਣੇ 'ਚ ਲੈ ਕੇ ਆਇਆ ਹਾਂ ਕਿਉਂਕਿ ਫਿਲਮ 3 ਘੰਟੇ ਤੁਹਾਡੇ ਦਿਮਾਗ ਘੁੰਮਾਉਂਦੀ ਹੈ ਪੂਰਾ ਤੁਸੀਂ ਕੋਨਸਨਟ੍ਰੇਟ ਹੋ ਕੇ ਫਿਲਮ ਦੇਖਦੇ ਹੋ ਪੂਰੀ ਪਰ ਤੁਹਾਡੇ ਖਿਆਲ ਤਾਂ ਬੜੇ ਘੁੰਮਦੇ ਆ ਅਤੇ ਕਦੀ ਕਦੀ ਇੱਦਾਂ ਹੋਇਆ ਕਿਸੇ ਫਿਲਮ ਦੇ ਵਿੱਚੋਂ ਤੁਸੀਂ ਕੁਛ ਇੱਦਾਂ ਰਿਲੇਟ ਕੀਤਾ ਹੋਵੇ ਕੁਛ ਕਦੀ ਇੱਦਾਂ ਹਾਂਜੀ ਕਈ ਵਾਰੀ ਇੱਦਾਂ ਹੋ ਜਾਂਦਾ ਆ ਜਿੱਦਾਂ ਆਪਾਂ ਦੇਖਦੇ ਹਾਂ ਦਰਅਸਲ ਮੈਨੂੰ ਨਾ ਜਿਹੜੀ ਨੇਚਰ ਆ ਉਹ ਬਹੁਤ ਪ੍ਰਭਾਵਿਤ ਕਰਦੀ ਆ ਅੱਛਾ ਅਤੇ ਮੈਨੂੰ ਮਤਲਬ ਵਧੀਆ ਲੱਗਦਾ ਥੋੜ੍ਹਾ ਜਿਹਾ ਖੁੱਲ੍ਹਾ ਪੰਜਾ ਸਾਫ਼ ਸੁਥਰਾ ਵਾਤਾਵਰਨ ਖੁੱਲ੍ਹਾ ਹੈ ਨਾ ਹਵਾ ਹਰੇ ਜੀ ਅਤੇ ਮਤਲਬ ਮੈਨੂੰ ਮੂਵੀ ਨਹੀਂ ਯਾਦ ਉਹ ਕਿਹੜੀ ਸੀਗੀ ਜਾਂ ਕਿੱਦਾਂ ਉਹਦੇ ਵਿੱਚ ਕਣੀਆਂ ਦੇ ਸੀਨ ਸੀਗੇ ਹੈ ਨਾ ਅੱਛਾ ਕਣੀਆਂ ਪੈ ਰਹੀਆਂ ਹੀਰੋ ਹੀਰੋਇਨ ਦੇ ਉੱਤੇ ਹੈ ਨਾ ਅਤੇ ਉਹ ਮਤਲਬ ਉਹ ਮੀਂਹ ਵਾਲਾ ਉਹਨਾਂ ਦਾ ਵਧੀਆ ਆਪਣਾ ਦ੍ਰਿਸ਼ ਹੈਗਾ ਉਹਨਾਂ ਦਾ ਅਤੇ ਉਹ ਮੇਰੇ ਮਨ ਦੇ ਵਿੱਚ ਸੀ ਗੱਲ ਵੀ ਮੈਂ ਜ਼ਰੂਰ ਕਿਤੇ ਨਾ ਕਿਤੇ ਗਾਣੇ ਦੇ ਵਿੱਚ ਮਤਲਬ ਉਹ ਚੀਜ਼ ਆਪਣੇ ਫਿੱਟ ਕਰੂੰਗਾ ਅੱਛਾ ਹਾਂਜੀ ਅਤੇ ਸੋ ਮੈਂ ਉਹ ਨੇਚਰ ਦੇ ਨਾਲ ਹੀ ਰਿਲੇਟਡ ਸੀਗਾ ਮੇਰਾ ਗਾਣਾ ਵੀ ਕਿ ਇਹ ਹਵਾ ਵੀ ਦੋਸਤ ਮੇਰੀ ਬਣ ਗਈ ਏ ਬੋਲਾਂ ਕਣੀਆਂ ਨਾਲ ਜਦੋਂ ਬਰਸਾਤ ਹੋਈ ਮੇਰੇ ਕਹਿਣ ਤੇ ਰੋਸ਼ਨੀ ਵੀ ਚੰਨ ਦੇਣ ਲੱਗਾ ਤਾਰਿਆਂ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ ਹੁਣ ਨਾ ਮੈਨੂੰ ਧੁੱਪ ਲੱਗਦੀ ਨਾ ਠੰਡ ਲੱਗਦੀ ਇਹ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਬਹੁਤ ਹੀ ਖੂਬ ਥੈਂਕ ਯੂ ਉਹ ਬਿਲਕੁਲ ਮਤਲਬ ਮੈਂ ਕਹਿ ਲਈ ਕਿ ਉਹ ਤੁਹਾਡੀ ਆਵਾਜ਼ ਦੇ ਵਿੱਚ ਉਹ ਅਹਿਸਾਸ ਨੇ ਜਿਹੜੇ ਬਾਕੀ ਗਾਣੇ ਨੂੰ ਚਾਹੀਦੇ ਹੁੰਦੇ ਆ ਔਰ ਪ੍ਰਭ ਜੀ ਨੇ ਵੀ ਖੈਰ ਉਹ ਅਹਿਸਾਸਾਂ ਦੇ ਉੱਤੇ ਖਰੇ ਉਤਰਦੇ ਆ ਬਾਈ ਬਿਲਕੁਲ ਬਿਲਕੁਲ ਅਤੇ ਜਿਵੇਂ ਹੁਣ ਆਪਾਂ ਇਹਦੀ ਵੀ ਗੱਲ ਕਰਦੇ ਸੀਗੇ ਆਪਾਂ ਤਾਰਿਆਂ ਦੇ ਦੇਸ਼ ਉਹਨਾਂ ਦੀ ਗੱਲ ਕਰਦੇ ਸੀਗੇ ਹੈ ਨਾ ਜਿਵੇਂ ਤੁਸੀਂ ਇਹ ਸਪੈਸ਼ਲ ਪ੍ਰਭ ਬਾਈ ਲਈ ਲਿਖਿਆ ਇਹ ਪ੍ਰਭ ਬਾਈ ਨੇ ਲਿਖਵਾਇਆ ਕਿਵੇਂ ਕਿ ਤੁਸੀਂ ਆਪ ਹੀ ਉਹਨਾਂ ਲਈ ਲਿਖਿਆ ਜੋ ਤੁਸੀਂ ਲਿਖਿਆ ਨਹੀਂ ਇਹ ਪਹਿਲਾਂ ਦਰਅਸਲ ਖਿਆਲ ਆਇਆ ਸੀਗਾ ਇਹ ਅੱਛਾ ਹਾਂਜੀ ਅਤੇ ਜਿਵੇਂ ਇੱਕ ਹੁੰਦਾ ਨਾ ਜਿਵੇਂ ਸਾਡੀ ਚਲੋ ਅਸੀਂ ਰੈਗੂਲਰ ਦਾ ਮਿਲਣਾ ਹੁੰਦਾ ਹੀ ਹੈ ਸਾਡਾ ਰੁਝਾਨ ਮਤਲਬ ਅਸੀਂ ਤਕਰੀਬਨ ਇਕੱਠੇ ਹੀ ਹੁੰਦੇ ਹਾਂ ਅਤੇ ਜਿੱਦਾਂ ਕੋਈ ਚੀਜ਼ ਮੈਨੂੰ ਲੱਗਦਾ ਵੀ ਇਹ ਚੀਜ਼ ਵੀ ਹਾਂ ਮੇਰੀ ਵਜ਼ਨਦਾਰ ਚੀਜ਼ ਆ ਜਾਂ ਮੇਰੀ ਵਧੀਆ ਚੀਜ਼ ਆ ਮੈਂ ਜ਼ਰੂਰ ਸ਼ੇਅਰ ਕਰਦਾ ਵੀ ਹਾਂਜੀ ਵੀ ਇਹ ਤੁਸੀਂ ਮਤਲਬ ਕਰਨਾ ਚਾਹੁੰਦੇ ਹਾਂ ਜਾਂ ਹੈ ਨਾ ਵੀ ਤੁਹਾਨੂੰ ਵਧੀਆ ਲੱਗਦਾ ਤਾਂ ਆਪਾਂ ਜ਼ਰੂਰ ਇਹ ਚੀਜ਼ ਦੇ ਉੱਤੇ ਕੰਮ ਕਰਦੇ ਹਾਂ ਅਤੇ ਜਦੋਂ ਮੈਂ ਆਹ ਗਾਣਾ ਸੁਣਾਇਆ ਮਤਲਬ ਤਾਰਿਆਂ ਦਾ ਹੈ ਨਾ ਆਪਣਾ ਕਿ ਵਾਹ ਸੱਜਣ ਜੀ
ਥੋਡੀਆਂ ਕਿਆ ਨੇ ਬਾਤਾਂ, ਥੋਡੇ ਦਿਨ ਨੇ ਥੋਡੀਆਂ ਹੀ ਨੇ ਰਾਤਾਂ, ਸੋਚਿਆ ਸੀ ਮੈਂ ਕਦੇ ਚੰਨ ਨੂੰ ਇਹ ਵੇਖਣਾ, ਪਹਾੜ ਮੁੱਕੀ ਆ ਕੇ ਮੁੱਖੜੇ ਹਸੀਨ ਤੇ, ਤਾਰਿਆਂ ਦੇ ਦੇਸ ਰਹਿਣ ਵਾਲਿਓ, ਯਾਦ ਕਰਦਾ ਏ ਤੁਹਾਨੂੰ ਕੋਈ ਜ਼ਮੀਨ ਤੇ, ਹੋ 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 ਤਾਰਿਆਂ ਦੇ ਦੇਸ ਰਹਿਣ ਵਾਲਿਓ, ਯਾਦ ਕਰਦਾ ਏ ਤੁਹਾਨੂੰ ਕੋਈ ਜ਼ਮੀਨ ਤੇ। ਹੁਣ ਇਹ ਗਾਣੇ ਨੂੰ ਜੇ ਆਪਾਂ ਸੋਚੀਏ ਵੀ ਮੁੰਡਾ ਕੁੜੀ ਦੀ ਸਟੋਰੀ ਜਾਂ ਲਵਰ ਦੀ ਸਟੋਰੀ ਹੈ ਨਾ, ਤੇ ਜਾਂ ਇਸ ਗਾਣੇ ਨੂੰ ਅਸੀਂ ਰੱਬ ਦੇ ਨਾਲ ਜੋੜ ਕੇ ਸੁਣ ਲਈਏ, ਜਾਂ ਕੋਈ ਵੀ ਆਪਣੇ ਮਾਂ ਦੇ ਨਾਲ, ਆਪਣੇ ਪਿਓ ਦੇ ਨਾਲ, ਜਾਂ ਕਿਸੇ ਨਾਲ ਵੀ, ਜਾਂ ਆਪਣੇ ਜਿਹੜਾ ਕੋਈ ਦੂਰ ਰਹਿੰਦਾ ਮਿੱਤਰ ਭਰਾ ਉਹਦੇ ਨਾਲ ਵੀ ਜੋੜ ਕੇ ਦੇਖ ਲਈਏ, ਤਾਂ ਇਹ ਗਾਣਾ ਉਹਦੇ ਉੱਤੇ ਪੂਰਾ ਖਰਾ ਢੁਕਦਾ। ਦਿਲ ਦੀ ਤਾਰ ਇਸ਼ਕ ਦੀ ਗੱਲ ਹੈ, ਹੈਨਾ, ਮੁਹੱਬਤ ਦੀ ਗੱਲ ਹੈ ਕਿ ਤੁਸੀਂ ਮੁਹੱਬਤ ਹੈਨਾ ਕਿਸੇ ਨਾਲ ਕਿੱਦਾਂ ਪੇਸ਼ ਆ ਰਹੇ ਹੋ, ਕਿੱਦਾਂ ਦੀ ਤੁਹਾਡੀ ਤਾਂਘ ਹੈ ਕਿਸੇ ਲਈ, ਆਪਾਂ ਇੱਦਾਂ ਲੈ ਲਈ ਕੁੱਲ ਮਿਲਾ ਕੇ। ਅੱਛਾ ਮਨਿੰਦਰ ਵੀਰ, ਇਹ ਸਫ਼ਰ ਜਿਵੇਂ ਤੁਹਾਡਾ ਲਿਖਣ ਦਾ ਹੈ, ਠੀਕ ਹੈ ਕਿ ਵੀ ਇਹ ਇੱਕ ਅੰਦਰਲੀ ਕਸਕ ਹੁੰਦੀ ਹੈ ਜਦੋਂ ਕਲਮ ਦੇ ਰੂਪ 'ਚ ਬਾਹਰ ਆ ਜਾਂਦੀ ਹੈ, ਪਰ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਨਾ ਸਕੂਲ ਟਾਈਮ ਤੋਂ ਨਜ਼ਰ ਆਉਣ ਲੱਗ ਜਾਂਦੀਆਂ, ਤੁਹਾਨੂੰ ਸਕੂਲ ਤੋਂ ਹੀ ਕਹਿਣ ਲੱਗ ਗਏ ਹੋਣੇ ਆ ਤੁਹਾਡੇ ਨਾਲ ਦੇ, ਯਾਰ ਮਨਿੰਦਰ ਬਾਈ ਤੂੰ ਨਾ ਕਲਾਕਾਰੀ ਬਣਨਾ ਤੇ ਤੂੰ ਗਾਉਣਾ ਹੀ ਗਾਉਣਾ। ਮਨਿੰਦਰ ਠੀਕ ਹੈ ਕਿ ਫਰੈਂਡਸ ਦੀ ਹਰ ਕੋਈ ਸੁਣਦਾ ਵੀ ਹੁੰਦਾ ਔਰ ਲੱਗਦਾ ਵੀ ਹੁੰਦਾ ਯਾਰ ਫਰੈਂਡ ਸਹੀ ਕਹਿ ਰਹੇ ਆ, ਫੈਮਿਲੀ ਸਹੀ ਕਹਿ ਰਹੀ ਹੈਗੀ, ਪਰ ਕਈ ਵਾਰੀ ਫੈਮਿਲੀ ਇਹ ਕਹਿੰਦੀ ਹੁੰਦੀ ਹੈ ਤੂੰ ਨਾ ਇਹ ਤਾਂ ਚੱਲ ਪਤਾ ਨਹੀਂ ਹੈ ਸਿੰਗਰਾਂ ਦਾ, ਚੱਲ ਠੀਕ ਹੈ ਤੂੰ ਉਹਨਾਂ ਨਾਲ ਦੀ ਨਾਲ ਆਹ ਕਰੀ, ਚੱਲ ਤੂੰ ਆਹ ਤਾਂ ਤੂੰ ਬਣ ਹੀ ਜਾਏਗਾ। ਉਹ ਫਿਰ ਕਿਹੜਾ ਕਿਹੜਾ ਪ੍ਰੈਸ਼ਰ ਹੁੰਦਾ ਸੀ ਮਨਿੰਦਰ ਉੱਤੇ ਕਿ ਬਈ ਮੈਂ ਆਹ ਤਾਂ ਨਹੀਂ ਤਾਂ ਫਿਰ ਮੇਰਾ ਆਹ ਹਿੱਸਾ ਤਾਂ ਪਿਆ ਹੀ ਹੈ, ਉਹ ਐਜੂਕੇਸ਼ਨ ਉਸ ਹਿਸਾਬ ਨਾਲ ਕਰਦੇ ਤੋਰਦੇ ਉਧਰ ਨੂੰ। ਜੀ 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 ਬਿਲਕੁਲ, ਆਹ ਬਣ ਜੀ ਘਰਦਿਆਂ ਨੂੰ ਤੁਸੀਂ ਕਿਹਾ ਸੀਗਾ ਮੈਨੂੰ ਟੋਕਿਓ ਨਾ ਰੋਕਿਓ ਨਾ। ਜੀ ਮੈਂ ਦਰਅਸਲ BBA ਕੀਤੀ ਹੈ ਜੀ, ਮੇਰੀ ਸਟੱਡੀ, ਮੈਂ BBA ਗ੍ਰੈਜੂਏਟ ਹਾਂ। ਅੱਛਾ, ਤੇ MBA ਮੈਂ ਮਤਲਬ ਸਟਾਰਟ ਕਰਤੀ ਸੀ ਆਪਣੀ। ਅੱਛਾ, ਪਰ ਉਸ ਟਾਈਮ ਦੇ ਦੌਰਾਨ ਮੇਰੀ ਗ੍ਰੈਜੂਏਸ਼ਨ ਦੇ ਦੌਰਾਨ ਮਤਲਬ ਇਸ ਲਾਈਨ ਦੇ ਵਿੱਚ ਮੈਂ ਆ ਗਿਆ ਸੀ, ਮੈਂ ਮਤਲਬ ਲਿਖਣ ਦਾ ਆਪਣਾ ਇਹ ਕੰਮ ਸ਼ੁਰੂ ਕਰ ਚੁੱਕਿਆ ਸੀ। ਅੱਛਾ, ਪਰ ਮੇਰਾ ਜ਼ਿਆਦਾ ਮਨ ਇਸ ਪਾਸੇ ਸੀਗਾ ਵੀ ਮੇਰੀ, ਕਿਉਂਕਿ ਮਨ ਜਦੋਂ ਕਿਸੇ ਪਾਸੇ ਜੁੜਿਆ ਹੋਵੇ ਫਿਰ ਤੁਸੀਂ ਦੂਜੇ ਪਾਸੇ ਨਹੀਂ ਉਹਨੂੰ ਹਿਲਾ ਸਕਦੇ। ਯੈਸ ਯੈਸ, ਨਾ ਮੇਰੇ ਤੋਂ ਉਹ ਕੰਮ ਹੁੰਦਾ ਵੀ ਇਕੱਲਾ ਤਾਂ ਇੱਧਰ ਅਤੇ ਇਕੱਲਾ ਤਾਂ ਉੱਧਰ, ਨਾ ਬੰਦਾ ਫਿਰ ਦੋਨੇ ਪਾਸੇ ਜੋਗਾ ਨਹੀਂ ਰਹਿੰਦਾ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਠੀਕ ਹੈ, ਸੋ ਮੈਨੂੰ ਐਂ ਸੀ, ਮੈਂ ਕਿਹਾ ਵੀ ਲਾਈਫ ਦਾ ਇੱਕ ਪਾਸੇ ਕਰਨਾ, ਜੇ ਹੁਣ ਕਰਨਾ ਮਨਿੰਦਰ ਸਿੰਘ ਵੀ ਆਹੀ ਕੁਛ ਕਰਨਾ ਆਪਾਂ, ਵੀ ਗਾਣੇ ਲਿਖਣੇ ਆ, ਗੀਤ ਗਾਉਣੇ ਆ, ਬਸ ਆਹੀ ਕਰਨਾ ਆ। ਅਤੇ ਘਰਦਿਆਂ ਨੇ ਵੀ ਪਹਿਲਾਂ ਅਸੀਂ ਵੀ, ਕਿਉਂਕਿ ਫੈਮਿਲੀ ਦੇ ਵਿੱਚ ਕੋਈ ਸੀਗਾ ਨਹੀਂ ਇੱਦਾਂ ਕੋਈ ਆਪਣਾ ਕਲਚਰ ਦੇ ਨਾਲ ਕੋਈ ਐਸੇ ਓਕੇ ਬੈਕਗਰਾਊਂਡ, ਕੋਈ ਐਸੀ ਬੈਕਗਰਾਊਂਡ ਨਹੀਂ ਸੀ, ਹੈ ਨਾ। ਅਤੇ ਘਰਦਿਆਂ ਨੂੰ ਵੀ ਲੱਗਦਾ ਸੀ ਵੀ ਨਹੀਂ ਤੂੰ ਰਹਿਣ ਦੇ, ਹੈ ਨਾ, ਕਿਹੜੇ ਪਾਸੇ ਪਿਆਵਾਂ 'ਚ। ਅਤੇ ਪਰ ਮੈਂ ਮਨ ਦਾ ਪੱਕਾ ਸੀ, ਮੈਂ ਕਿਹਾ ਵੀ ਨਹੀਂ, ਮੈਨੂੰ ਪਤਾ ਮੇਰਾ, ਮੈਂ ਕਿਹਾ ਵੀ ਮੈਂ ਵੀ ਇਸ ਕੰਮ ਦੇ ਵਿੱਚ ਸਕਸੈਸ ਹੋਊਂਗਾ, ਠੀਕ ਹੈ ਜੀ, ਮੈਂ ਇਹ ਕੰਮ ਇਹੀ ਕੰਮ ਕਰ ਸਕਦਾ ਪੂਰੇ ਵਧੀਆ ਤਰੀਕੇ ਨਾਲ। ਪਰ ਮੈਂ ਕਿਹਾ ਮੈਨੂੰ 2 ਸਾਲ ਦਾ ਤੁਸੀਂ ਟਾਈਮ ਦੇ ਦਿਓ, ਜੇ ਮੈਂ ਕੁਛ ਕਰਤਾ ਤਾਂ ਠੀਕ ਆ, ਨਹੀਂ ਤਾਂ ਤੁਸੀਂ ਜੋ ਵੀ ਕਹੋਗੇ ਮੈਂ ਉਹ ਕੰਮ ਕਰੂੰਗਾ। ਫਿਰ ਘਰਦੇ ਕਹਿੰਦੇ ਚੱਲ ਠੀਕ ਹੈ, ਤੇਰਾ ਜਿੱਦਾਂ ਦਿਲ ਕਰਦਾ ਤੂੰ ਉਵੇਂ ਕਰ। ਫਿਰ ਉਹ ਜਦੋਂ ਟਾਈਮ ਲੰਘਿਆ, 2 ਸਾਲ ਵੀ ਹੋਰ ਲੰਘੇ, ਫਿਰ ਅੱਜ ਤੁਹਾਡੇ ਸਾਹਮਣੇ ਅੱਜ ਸਟੂਡੀਓ ਦੇ ਵਿੱਚ ਬੈਠੇ। ਅੱਛਾ ਮਨਿੰਦਰ ਵੀਰੇ, ਦੇਖੋ ਗਾਇਕੀ 'ਚ ਤਾਂ ਆਪਾਂ ਮੰਨ ਸਕਦੇ ਕਿ ਵੀ ਚੈਲੰਜ ਹੁੰਦਾ, ਕਿਉਂ? ਕਿਉਂਕਿ ਤੁਸੀਂ ਲਾਈਵ ਸ਼ੋਜ਼ ਲਾਉਣੇ, ਤੁਸੀਂ ਆਪਣੇ ਫੈਨਸ ਵਧਾਉਣੇ ਆ, ਲਿਖਣ 'ਚ ਕੀ ਚੈਲੰਜ ਹੁੰਦਾ? ਲਿਖਣ 'ਚ ਨੋ ਡਾਊਟ ਕਿ ਲਿਖਣੀ ਤਾਂ ਇਹੋ ਜਿਹੀ ਚਾਹੀਦੀ ਹੈ ਕਿ ਲੋਕਾਂ ਦੇ ਦਿਲਾਂ ਦੇ ਵੱਜੇ, ਫਿਰ ਇਹ ਚੈਲੰਜ ਹੁੰਦਾ ਅੰਦਰ ਜਦੋਂ ਲਿਖਦੇ ਹੁੰਦੇ, ਇਹ ਚੈਲੰਜ ਦਿਮਾਗ 'ਚ ਘੁੰਮਦਾ ਹੁੰਦਾ ਕਿ ਵੀ ਮੈਂ ਸ਼ਬਦ ਉਹੋ ਜਿਹੇ ਵਰਤਾਂ ਨਹੀਂ ਯਾਰ, ਆਹ ਸ਼ਬਦ ਠੀਕ ਹੋਇਆ, ਆਹ ਲੈਣ ਦੁਬਾਰਾ ਲਿਖਾਂ, ਆਹ ਯਾਰ ਗੱਲ ਮੈਂ ਦੁਬਾਰਾ, ਇਹ ਇੱਦਾਂ ਦਾ ਚੈਲੰਜ ਹੁੰਦਾ? ਇਹ ਜੇ ਤੁਸੀਂ ਚੈਲੰਜ ਮੈਨੂੰ ਪੁੱਛ ਰਹੇ ਹੋ ਤਾਂ ਚੈਲੰਜ ਮੈਂ ਆਪਣੇ ਆਪ ਨੂੰ ਆਪਣੇ ਕਿਸੇ ਸਾਥੀ ਰਾਈਟਰ ਦੇ ਨਾਲ ਨਹੀਂ ਮੈਂ ਦੇਖਦਾ ਚੈਲੰਜ, ਕਿਉਂਕਿ ਹਰ ਬੰਦੇ ਨੇ ਆਪਣੀ ਰੂਹ ਦੀ ਉਹ ਚੀਜ਼ ਲਿਖਣੀ ਆ ਜਾਂ ਆਪਣੀ ਉਹੀ ਚੀਜ਼ ਗਾਉਣੀ ਆ। ਯੈਸ, ਇਹ ਮੈਂ ਚੈਲੰਜ ਆਪਣੇ ਆਪ ਨੂੰ ਦਿੰਦਾ ਵਾਂ ਕਿ ਵੀ ਮੈਂ ਆਪਣੇ ਪਿਛਲੇ ਕੰਮ ਤੋਂ ਵਧੀਆ ਅਗਲਾ ਕੰਮ ਹੋਰ ਕਿੱਦਾਂ ਲਿਖ ਸਕਦਾ, ਆਪਣੀ ਪਿਛਲੀ ਲਿਖਣੀ ਤੋਂ ਵਧੀਆ ਮੈਂ ਹੋਰ ਇਹਨੂੰ ਕਿੱਦਾਂ ਉਹ ਅੱਗੇ ਵਜ਼ਨਦਾਰ ਚੀਜ਼ ਬਣਾ ਸਕਦਾ। ਸੋ ਅੱਗੇ ਮੈਂ ਕੰਮ ਕਰ ਵੀ ਇਸ ਤਰੀਕੇ ਨਾਲ ਹੀ ਸਕਦਾ, ਜੇ ਮੈਂ ਇਹ ਸੋਚ ਕੇ ਬਹਿ ਗਿਆ ਵੀ ਹਾਂਜੀ ਆਹ ਤਾਂ ਮੇਰੀ ਹਿੱਟ ਚੀਜ਼ ਆ ਜੀ, ਬਸ ਇਸ ਤੋਂ ਬਾਅਦ ਕੁਛ ਹੋ ਹੀ ਨਹੀਂ ਸਕਦਾ, ਹੈ ਨਾ, ਲੈ ਵੀ ਫਿਰ ਤਾਂ ਮਨਿੰਦਰ ਸਿੰਘ ਫਿਰ ਬਹਿ ਗਏ ਆਪਾਂ, ਫਿਰ ਤਾਂ ਫਿਰ ਸਹੀ ਗੱਲ ਵੀ ਸਹੀ ਸਕਦਾ ਹੈ, ਗੱਲ ਵੀ ਸਹੀ ਹੈਗੀ ਹੈ। ਤੇ ਇੱਥੇ ਹੁਣ ਆਪਾਂ ਘਰ ਬਾਰ ਦੇ ਉੱਤੇ ਫਿਰ ਆਉਣੇ ਦੁਬਾਰਾ, ਦੇਖੋ ਤੁਸੀਂ ਸਥਾਈ ਤਾਂ ਗਾਤਾ, ਪਰ ਉਹ ਤੋਂ ਬਾਅਦ ਮੈਂ ਖਾਸ ਤੌਰ 'ਤੇ ਜਿੰਨੇ ਗਾਣੇ ਤੁਹਾਡੇ ਹੈਗੇ ਹੈ ਉਹਨਾਂ 'ਚ ਵਜ਼ਨ ਇਕੱਲਾ ਸਥਾਈ ਦਾ ਨਹੀਂ ਹੁੰਦਾ, ਵਜ਼ਨ ਅੰਤਰੇ ਦਾ ਵੀ ਓਨਾ ਹੀ ਹੁੰਦਾ ਜਿੰਨਾ ਸਥਾਈ ਜਾਨ ਰੱਖਦੀ ਹੈ, ਅਤੇ ਇਹਦਾ ਅੰਤਰਾ ਕੀ ਕਹਿੰਦਾ ਘਰ ਬਾਰ ਦਾ? ਅੰਤਰਾ ਇਹਦਾ ਜੀ ਇੱਦਾਂ ਕਹਿੰਦਾ, ਹੋ ਤੈਨੂੰ ਪਤਾ ਮੈਂ ਹੋ ਕੇ ਸ਼ਰਾਬੀ ਕਿੰਨਾ ਰੋਮਾਂਟਿਕ ਹੋ ਜਾਵਾਂ, ਤੈਨੂੰ ਸੀਨੇ ਲਾ ਕੇ ਕਮਲੀਏ ਤੇਰੇ ਵਿੱਚ ਹੀ ਖੋ ਜਾਵਾਂ, ਜੋ ਚਾਹੀਦਾ ਇੱਕ ਵਾਰੀ ਮੂੰਹੋਂ ਬੋਲ ਸਹੀ
ਲੈ ਦੇਣਾ ਪ੍ਰਾਈਵੇਟ ਜੈਟ ਮੇਰੇ ਤੂੰ ਕੋਲ ਰਹੀਂ, ਇੱਥੇ ਸ਼ਰਾਬੀ ਹੋ ਗਿਆ, ਹਾਂ ਹੋ ਗਿਆ, ਲੱਗ ਰਿਹਾ ਠੀਕ ਹੈ, ਮੈਂ ਲੈ ਦੂੰ ਤੈਨੂੰ ਸ਼ਰਾਬੀ, ਲੈ ਦੂੰ ਜੈਟ, ਲੈ ਹਨਾ, ਲੈ ਦੇਣਾ ਸਰ, ਲੈ ਦੇਣਾ ਪ੍ਰਾਈਵੇਟ ਜੈਟ ਮੇਰੇ ਤੂੰ ਕੋਲ ਰਹੀਂ, ਉਹ ਕਹਿੜੇ ਕਹਿੜੇ ਜੱਗ ਕਰੇ ਪਰ ਕਹਿੜੇ ਤੇਰੇ ਤੇ ਮਰਦਾ ਨੀ, ਤੂੰ ਜਿੰਨਾ ਰੋਕੇ ਦਾਰੂ ਤੋਂ ਮੇਰਾ ਓਨਾ ਪੀਣ ਨੂੰ ਜੀ ਕਰਦਾ, ਜਿੰਨਾ ਰੋਕੇ ਦਾਰੂ ਤੋਂ ਮੇਰਾ ਓਨਾ ਪੀਣ ਨੂੰ ਜੀ ਕਰਦਾ। ਨਾਈਸ, ਵੈਰੀ ਨਾਈਸ। ਅੱਛਾ ਮਨਿੰਦਰ ਵੀਰੇ ਦੇਖੋ, ਠੀਕ ਹੈ ਤੁਸੀਂ ਲਿਖਿਆ ਤੇ ਗਾਇਆ, ਪਰ ਉਡਾਰੀ ਭਰਨ ਦੇ ਲਈ ਤਾਂ ਬਹੁਤ ਸਾਰੇ ਸਾਥ ਦੀ ਲੋੜ ਹੁੰਦੀ ਹੈ, ਹੋਰ ਕੌਣ ਕੌਣ ਜੁੜਿਆ ਇਸ ਗਾਣੇ ਦੇ ਨਾਲ, ਇਸ ਨੂੰ ਅੱਗੇ ਲੈ ਕੇ ਆਉਣ ਲਈ? ਹਾਂਜੀ, ਇਹ ਦਰਅਸਲ ਨਾ ਅਸੀਂ ਇੱਕ ਸੌਂਗ ਸੋਚ ਰਹੇ ਸੀ ਸ਼ੁਰੂ ਤੋਂ, ਵੀ ਜਿਸ ਸੌਂਗ ਦੇ ਵਿੱਚ ਮਤਲਬ ਅਸੀਂ ਮੇਰੇ ਫਰੈਂਡਸ ਵੀ ਆਉਣ ਜਾਂ ਅਸੀਂ ਇਕੱਠੇ, ਮੈਂ ਤੇ ਪ੍ਰਭ ਵੀ ਪਹਿਲੀ ਵਾਰੀ ਸਕਰੀਨ ਦੇ ਉੱਤੇ ਅਸੀਂ ਇਕੱਠੇ ਆਈਏ। ਅੱਛਾ, ਸੋ ਆਏ ਹੋ ਇਸ 'ਚ? ਹਾਂਜੀ, ਓਰੇ ਵਾਹ। ਸੋ ਇਹ ਸਰਪ੍ਰਾਈਜ਼ ਸੀਗਾ ਸਾਡਾ, ਇੱਕ ਐਲੀਮੈਂਟ ਰੱਖਿਆ ਹੋਇਆ ਵਿੱਚ, ਅਤੇ ਮੈਨੂੰ ਲੱਗਿਆ ਵੀ ਇਹ ਸੌਂਗ ਆ ਜਿਹੜਾ, ਕਿਉਂਕਿ ਇਹਦੇ ਵਿੱਚ ਹੈ ਖੱਪ ਖੱਪ ਹੈਗੇ ਆ ਜੋ ਮੇਰੇ ਸੱਚੀ ਮੈਂ ਮੇਰੇ ਯਾਰ ਦੋਸਤ ਹੈਗੇ ਆ, ਹੈ ਨਾ, ਵੀ ਉਹ ਵਿੱਚ ਹੋਣ ਤਾਂ ਮਤਲਬ ਜ਼ਿਆਦਾ ਵਧੀਆ ਲੱਗੂ ਮੈਨੂੰ ਸਕਰੀਨ, ਉਨੀ ਜ਼ਿਆਦਾ ਸੋਹਣੀ ਲੱਗੂਗੀ। ਯੈਸ ਯੈਸ, ਹਾਂ। ਸੋ ਮੇਰੇ ਕਈ ਫਰੈਂਡਸ ਹੈਗੇ ਜਿਹੜੇ ਵਿੱਚ ਮੇਰੇ ਨਾਲ ਨੇ ਇਸ ਸੌਂਗ ਦੇ, ਓਕੇ, ਤੇ ਮੈਨੂੰ ਨਹੀਂ ਸੀ ਪਤਾ ਵੀ ਉਹ ਇੰਨੇ ਵਧੀਆ ਐਕਟਰ ਨੇ, ਤੇ ਵੈਰੀ ਨਾਈਸ। ਹਾਂਜੀ, ਤੇ ਵੀਡੀਓ ਤੇ ਫਿਰ ਵੀਡੀਓ ਕਿਹਨਾਂ ਵੱਲੋਂ ਹੋ ਰਹੀ ਹੈ? ਹਾਂਜੀ, ਇਸ ਵੀਡੀਓ ਨੂੰ ਬਣਾਇਆ ਜੀ ਆਪਣਾ ਫਰੇਮ ਸਿੰਘ ਹੋਣਾ ਨੇ, ਜਿਨ੍ਹਾਂ ਨੇ ਪਹਿਲਾਂ ਮੇਰੇ ਆਜ਼ਰਾ ਪਿਆਰ ਜੱਟਦਾ ਜਾਂ ਇਸ਼ਕ ਮੇਰਾ ਟਰੈਕ, ਇਹਨਾਂ ਨੇ ਮੇਰੇ ਵੀਡੀਓ ਬਣਾਏ ਨੇ, ਤੇ ਆਪਣਾ ਮੋਹਿਤ ਮਿੱਡਾ ਐਂਡ ਪੁਨੀਤ ਬੇਦੀ। ਅੱਛਾ, ਹਾਂਜੀ, ਇਹ ਆਪਣੇ ਹੈਗੇ ਮਿੱਤਰ, ਤੇ ਮਿਊਜ਼ਿਕ ਕੀਤਾ ਜੀ ਦੇਸੀ ਰੂਟਸ ਨੇ, ਇਹਨਾਂ ਨੇ ਪਹਿਲਾਂ ਆਜ਼ਰਾ ਦਾ ਮੇਰਾ ਮਿਊਜ਼ਿਕ ਕੀਤਾ, ਜਾਂ ਹੋਰ ਤਕਰੀਬਨ ਸਾਡੇ ਜਿੰਨੇ ਵੀ ਪ੍ਰੋਜੈਕਟ ਨੇ ਹੈਗੇ, ਮੇਰੇ ਲਿਰਿਕਸ ਹੁੰਦੇ ਆ ਤੇ ਆਪਣਾ ਦੇਸੀ ਰੂਟ ਦਾ ਮਿਊਜ਼ਿਕ ਹੁੰਦਾ। ਨਾਈਸ ਨਾਈਸ ਨਾਈਸ, ਚਲੋ ਗੁੱਡ ਹੈ। ਤੇ ਹਰ ਗਾਣੇ ਦੇ ਨਾਲ ਮਨਿੰਦਰ ਵੀਰੇ, ਜ਼ਰੂਰੀ ਨਹੀਂ ਹੈ ਕਿ ਤੁਸੀਂ ਗਾਉਂਦੇ ਹੋ ਤਾਂ ਹੀ ਫੈਨਸ ਵਧਣੇ ਆ, ਤੁਸੀਂ ਲਿਖਦੇ ਹੋ ਤਾਂ ਵੀ ਫੈਨਸ ਵੱਧਦੇ ਹੈਗੇ ਆ, ਹੈ ਨਾ, ਤੁਹਾਡੀ ਲਿਖਣੀ ਨੂੰ ਜਿਹੜੇ ਲੋਕ ਪਿਆਰ ਕਰਦੇ ਆ, ਤੁਹਾਡੀ ਗਾਇਕੀ ਨੂੰ ਪਿਆਰ ਕਰਦੇ, ਹਰ ਵਾਰੀ ਫੈਨ ਤਾਂ ਵੱਧਦੇ ਆ, ਪਰ ਮੈਂ ਪੁੱਛਣਾ ਇਹ ਹੈ ਕਿ ਕੁਛ ਫੈਨਸ ਦੀਆਂ ਤਾਰੀਫਾਂ ਯਾਦ ਰਹਿ ਜਾਂਦੀਆਂ ਹੁੰਦੀਆਂ ਯਾਰ, ਉਹ ਨਾ ਕੁਛ ਵੱਖਰਾ ਕੰਪਲੀਮੈਂਟ ਹੁੰਦਾ ਜਿਹੜਾ ਤਾ ਉਮਰ ਜ਼ਿੰਦਗੀ 'ਚ ਯਾਦ ਰਹਿੰਦਾ, ਕਿਸੇ ਨੇ ਮੇਰੇ ਲਈ ਨਾ ਯਾਰ ਆਹ ਸ਼ਬਦ ਵਰਤੇ ਸੀਗੇ। ਜਿਵੇਂ ਬੈਸਟ ਕੰਪਲੀਮੈਂਟਸ ਦੀ ਗੱਲ ਕਰਾਂ, ਕੀ ਆਊਗਾ ਚੇਤੇ 'ਚ ਸਭ ਤੋਂ ਪਹਿਲਾਂ? ਹਾਂਜੀ, ਕਿਉਂਕਿ ਤਾਰੀਫਾਂ ਤਾਂ ਆਮ ਗੱਲ ਹੈ ਵੈਸੇ ਤਾਂ, ਪਰ ਫਿਰ ਵੀ ਕੁਛ ਯਾਦ ਰਹਿ ਜਾਂਦੀ, ਆਮ ਗੱਲ ਹੈ ਪਰ ਉਹਨਾਂ 'ਚੋਂ ਵੀ ਯਾਦ ਰਹਿ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਅਤੇ ਮੈਨੂੰ ਹੁਣ ਯਾਦ ਆਉਂਦਾ ਜੀ, ਇੱਕ ਜਦੋਂ ਮੇਰਾ ਸੌਂਗ ਆਜ਼ਰਾ ਆਇਆ ਸੀ, ਆਜ਼ਰਾ ਤੋਂ ਬਾਅਦ ਮਤਲਬ ਇੱਕ ਫੈਮਿਲੀ ਮੇਰੇ ਨਾਲ ਜੁੜੀ, ਕੈਨੇਡਾ ਤੋਂ ਸੀਗੇ, ਉਹ ਗੁਰਸਿੱਖ ਫੈਮਿਲੀ ਸੀਗੀ ਸਾਡੇ, ਮੈਂ ਮਤਲਬ ਭੈਣ ਜੀ ਕਹਿੰਦਾ ਉਹਨਾਂ ਨੂੰ, ਹੈ ਨਾ, ਅਤੇ ਮਤਲਬ ਜਦੋਂ ਮੇਰਾ ਸੌਂਗ ਆਇਆ, ਉਹਨਾਂ ਨੇ ਮੈਨੂੰ ਫੋਨ ਕਰਨਾ, ਉਹਨਾਂ ਨੇ ਕਹਿਣਾ ਵੀ ਅਸੀਂ ਤੇਰੇ ਲਈ ਇੰਨੀ ਅਰਦਾਸ ਕਰਾਈ ਹੈ ਜੀ, ਹੈ ਨਾ। ਈਵਨ ਮੇਰਾ ਬਰਥਡੇ ਸੀਗਾ, ਉਹ ਵੀ ਉਹਨਾਂ ਨੇ ਉੱਥੇ ਆਪ ਕੇਕ ਕੱਟਿਆ ਅਤੇ ਮੈਨੂੰ ਫੋਟੋਆਂ ਭੇਜੀਆਂ, ਵੀਡੀਓ ਭੇਜੀ, ਹੈ ਨਾ, ਵੀ ਤੇਰੇ ਲਈ ਅਸੀਂ ਇੰਨੀ ਦੁਆ ਕਰਦੇ ਹਾਂ, ਇੰਨੀ ਤੇਰੇ ਲਈ ਬਲੈਸਿੰਗ ਹੈਗੀ, ਅਤੇ ਲਾਈਫ ਦੇ ਵਿੱਚ ਤੈਨੂੰ ਕਿਤੇ ਵੀ ਕੁਛ ਵੀ ਲੋੜ ਪੈਂਦੀ ਆ, ਤੂੰ ਮੈਂ ਤੇਰੀ ਭੈਣ ਹਾਂ ਵੀ ਤੂੰ ਮੈਨੂੰ ਯਾਦ ਕਰੀ, ਹੈ ਨਾ, ਅਤੇ ਮਤਲਬ ਮੈਂ ਸੱਚੀ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਾਂ, ਜਾਂ ਉਹਨੂੰ ਉਸ ਮੂਮੈਂਟ ਨੂੰ ਮੈਂ ਕਿੱਦਾਂ ਫੀਲ ਕਰਾਂ, ਬਹੁਤ ਵਧੀਆ ਲੱਗਦਾ ਕਿ ਜਦੋਂ ਤੁਹਾਨੂੰ ਲੋਕ ਮਤਲਬ ਇੰਨਾ ਪਿਆਰ ਕਰਦੇ ਆ ਸਿਰਫ ਇੱਕ ਗਾਣੇ ਕਰਕੇ, ਉਹ ਤੁਹਾਡੇ ਦਿਲ ਦੇ ਇੰਨਾ ਕਰੀਬ ਆ ਜਾਂਦੇ ਆ ਕਿ ਰਹੇ ਰੱਬ ਦਾ ਨਾਂ, ਤੁਸੀਂ ਕੀ ਕਹਿ ਸਕਦੇ ਹੋ, ਹੁਣ ਇਹ ਰਿਸ਼ਤਾ ਜਿਹੜਾ ਤੁਹਾਡਾ ਗਾਣੇ ਨੇ ਬਣਾਤਾ ਇੰਨਾ, ਤੇ ਬਹੁਤ ਵਧੀਆ ਲੱਗਦਾ ਸੱਚੀ। ਇਹ ਤਾਂ ਤੁਸੀਂ ਫਿਰ ਵੀ ਇਹ ਗੱਲ ਨੂੰ ਸ਼ਬਦਾਂ 'ਚ ਪਿਰੋ ਤਾਂ, ਨਹੀਂ ਤਾਂ ਮੈਂ ਉਹੀ ਹੁਣ ਤੁਸੀਂ ਸ਼ਬਦ ਜੋੜ ਰਹੇ ਸੀ, ਮੈਂ ਕਿਵੇਂ ਬੋਲਾਂ, ਹੈ ਨਾ, ਇਸ ਚੀਜ਼ ਬਾਰੇ। ਬਿਲਕੁਲ ਬਿਲਕੁਲ, ਤੁਹਾਡੀ ਫੀਲਿੰਗਸ ਨੇ ਦਿਲ ਦੀਆਂ, ਹੈ ਨਾ, ਕਿ ਵੀ ਕੋਈ ਕਿੰਨਾ ਕਰੀਬ ਆ ਜਾਂਦਾ ਹੈ ਨਾ, ਸਿਰਫ ਭਾਵਨਾਵਾਂ ਹੀ ਨੇ, ਫੀਲਿੰਗਸ ਨੇ, ਫੀਲਿੰਗਸ ਨਾਲ ਕਿੰਨਾ ਕਰੀਬ ਆ ਗਿਆ। ਵਾਕਈ ਜੇ ਦੇਖੀਏ ਸਾਰਾ ਪਰਿਵਾਰ ਹੀ ਹੈ ਜੀ ਆਪਣਾ ਇਹ, ਹੈ ਨਾ, ਗੱਲ ਸਹੀ ਹੈ। ਤੁਸੀਂ ਇੱਦਾਂ ਇੱਕ ਇੱਕ ਕਰਕੇ ਪਤਾ ਨਹੀਂ ਕਿੰਨੇ ਪਰਿਵਾਰ ਹੋਰ ਜੋੜਨੇ ਆ ਤੁਸੀਂ ਆਪਣੇ ਨਾਲ, ਅਤੇ ਮਨਿੰਦਰ ਬਾਈ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ। ਇੱਦਾਂ ਚੜ੍ਹਦੀਆਂ ਕਲਾਵਾਂ 'ਚ ਰਹੋ, ਅੱਜ ਆਪਣੀਆਂ ਗੱਲਾਂ ਨੂੰ ਆਪਾਂ ਇੱਥੇ ਪੌਜ਼